ਕਿਸਾਨ ਵੀਰੋ, ਆਲਮਗੜ੍ਹ ਜੂਸ ਫੈਕਟਰੀ ਚੱਲ ਪਈ ਹੈ, ਦੇਰ ਆਏ ਦਰੁਸਤ ਆਏ, ਬੜਾ ਰੋਲਾ ਪਾ ਰਹੇ ਸੀ ਵੀ ਇਹ ਚੱਲੇ। ਆਹ ਜਿਹੜਾ ਇਹਦੇ ਵਿੱਚ ਜੂਸ ਪੈਣਾ ਹੈ ਡਰੰਮਾਂ ਦੇ ਵਿੱਚ ਕਿੰਨੂ ਦਾ, ਪੰਜਾਬ ਦੀ ਜਿੰਮ ਤਿਆਰ ਹੋਣੀ ਹੈ। ਆਹ ਡਰੰਮ ਭਰੇ ਹੋਏ ਨੇ ਜੂਸ ਦੇ, ਜੂਸ ਕੱਢਿਆ ਜਾ ਚੁੱਕਿਆ ਅਤੇ ਮੈਂ ਦਿਖਾਵਾਂਗਾ ਕਿਸਾਨ ਵੀਰਾਂ ਨੂੰ ਸਾਰੀ ਫੈਕਟਰੀ। ਚੱਲ ਰਹੀ ਮਸ਼ੀਨਾਂ ਦੇ ਵਿੱਚ ਜਿਹੜਾ ਆਪਣਾ ਜੂਸ ਦਾ ਪ੍ਰੋਸੈਸ ਸਾਰਾ ਹੁੰਦਾ, ਉਹਦੇ ਕਰਕੇ ਟਾਈਮ ਲੱਗ ਰਿਹਾ। ਕਿਸਾਨ ਵੀਰਾਂ ਨੂੰ ਇਹ ਕਹਾਂਗਾ ਕਿ ਇਹ 4-5 ਹਜ਼ਾਰ ਕਰੋੜ ਦਾ ਦਾ ਕਾਰੋਬਾਰ ਹੈ, ਜਿਹਦੇ ਕਰਕੇ ਕਿਸਾਨ ਰੁੱਲ ਰਿਹਾ। ਹੋ ਸਕਦਾ ਮਨੋਪਲੀ ਨੂੰ ਬੜਾ ਕਸ਼ਟ ਹੋਵੇ, ਦੁੱਖ ਹੋਵੇ, ਜਾਂ ਕਿਉਂ ਚੱਲੀ ਇਹ ਕਿਉਂ ਚੱਲੀ ਹੈ। ਅਗਰ ਇਹਦੀ 5 ਹਜ਼ਾਰ ਕੁਇੰਟਲ ਦੀ ਕੰਪੈਸਿਟੀ ਹੈ ਡੇਲੀ ਦੀ, ਅਤੇ ਛੋਟਾ ਜਿਹੜਾ ਕਿੰਨੂ ਕਿਹਾ ਜਾਂਦਾ ਉਹਦਾ ਜੂਸ ਪੀੜਿਆ ਜਾ ਰਿਹਾ, ਛੋਟੇ ਕਿੰਨੂ ਦਾ ਜਿਹਨੂੰ ਆਪਾਂ ਗੋਲੀ ਟੈਪ ਕਹਿ ਦਿੰਦੇ ਹਾਂ, ਉਹ ਵੀ ਤੁਹਾਨੂੰ ਦਿਖਾਉਣੇ ਆ ਬਾਹਰ। ਅਗਰ ਸਾਡਾ ਸਿਸਟਮ ਪੂਰੀ ਖੁੱਲ ਦੇ ਇੱਥੇ ਵੱਡੇ ਕਿੰਨੂ ਦਾ ਵੀ, ਛੋਟਾ ਵੱਡਾ ਸਭ, ਮੋਟਾ ਵੀ ਪੀੜਿਆ ਜਾ ਰਿਹਾ ਵਿੱਚੇ ਹੀ। ਹਾਂ, ਇਹਨੂੰ ਆਪਾਂ ਜਿਹੜਾ ਕੁਆਲਿਟੀ ਆਉਣੇ ਆ ਵੀ ਆਹ ਡਾਊਨ ਕਰਦੀ, ਇਹਦਾ ਵੀ ਜੂਸ ਪੀੜਿਆ ਜਾ ਰਿਹਾ। ਭਰਾਵੋ, ਸਰਕਾਰਾਂ ਚਾਹੁਣ ਤਾਂ ਕੀ ਨਹੀਂ ਹੋ ਸਕਦਾ, ਪਰ ਕਾਰੋਬਾਰ 4-5 ਹਜ਼ਾਰ ਕਰੋੜ ਦਾ, ਜਿਹੜੇ ਮਨੋਪਲੀ ਕਰਤਾ ਨੇ ਉਹ ਹੋ ਸਕਦਾ ਚੜਾਵਾ ਉੱਤੇ ਚਾੜ ਦੇਣ, ਅਤੇ ਸਿਸਟਮ ਫਿਰ ਜਿਵੇਂ ਆ ਹੁਣ ਚੱਲਿਆ ਅਤੇ ਫਿਰ ਬੰਦ ਹੋ ਜੇ, ਕਿਉਂਕਿ ਇਹਦੀ 4-5 ਹਜ਼ਾਰ ਕੁਇੰਟਲ ਡੇਲੀ ਇਹਦੀ ਕੰਪੈਸਿਟੀ ਹੈ ਚੱਲਣ ਦੀ। ਅਤੇ ਜੇ ਇਹ ਜੂਸ ਪੀੜਿਆ ਜਾਵੇ ਤਾਂ ਤੁਹਾਡਾ ਕਿੰਨੂ ਤਾਂ ਕਿਸੇ ਭਾਅ ਵੀ ਨਾ ਮਿਲੇ। ਮੈਂ ਰਾਜਨ ਮੁੰਡਾ ਦਾ ਬਾਹਰ ਵੀ ਕਹਿੰਦਾ ਮੈਨੂੰ ਦਿਖਾ, ਸਾਰਾ ਪੀੜਿਆ ਜਾਣਾ ਵਾ, ਵੇਖੋ ਬਾਹਰ ਪਿਆ ਆਹ ਗੋਲੀ। ਹਾਂ, ਆਹ ਗੋਲੀ ਜਿਹੜੀ, ਹਾਂ ਇਹ ਗੋਲੀ ਵੀ ਜਿੰਨਿਆਂ ਦੇ ਕੁਆਲਿਟੀ ਮਾੜੀ ਸੀ, ਆਹ ਜਿੰਨਿਆਂ ਦੇ, ਆਹ ਵੇਖੋ ਆਹ ਕੁਆਲਿਟੀ, ਆਹ ਜਿਹੜੀ ਆਹ ਦੇ, ਇਹ ਵੀ ਪੀੜੀ ਜਾਣੀ ਹੈ। ਅਤੇ ਮੈਂ ਇੱਥੇ ਦੱਸਣਾ ਚਾਹਾਂਗਾ ਕਿਸਾਨ ਵੀਰੋ, ਤੁਸੀਂ ਜਾਗਦੇ ਨਹੀਂ ਆਪਦੇ ਹੱਕਾਂ ਲਈ, ਜੇ ਤੁਸੀਂ ਜਾਗ ਪਓ ਤਾਂ ਜਿਹੜੇ ਆਪਾਂ ਆਹ ਬਾਗ ਆਪਦੇ ਕਿੰਨੂ ਰੁਲਦੇ ਫਿਰਨੇ ਹਾਂ, ਇਹ ਆਪਣਾ ਕਿਸੇ ਭਾਅ ਨਾ ਆਪਾਂ ਨੂੰ ਇਹਦਾ ਰੇਟ 25 ਵੀ ਹੋ ਜਾਵੇ, 30 ਵੀ ਹੋ ਜਾਵੇ, ਪਰ ਤਰ੍ਹਾਂ ਮੂੰਹ ਮੰਗਿਆ ਰੇਟ ਹੋ ਜਾਵੇ, ਪਰ ਅਫਸੋਸ ਤੁਸੀਂ ਆਪਦੇ ਹੱਕਾਂ ਲਈ ਜਾਗਦੇ ਨਹੀਂ। ਦੁੱਖ ਇੰਨਾ ਲੱਗਦਾ, ਮੈਂ ਤਾਂ ਕਈ ਵਾਰੀ ਚੁੱਪ ਸੋਚਣਾ ਵੀ ਚੁੱਪ ਹੋ ਜਾਈਏ, ਪਰ ਉਹ ਤਾਂ ਹੀ ਬੋਲਿਆ ਜਾ ਰਿਹਾ, ਚੁੱਪ ਨਹੀਂ ਰਿਹਾ ਜਾਂਦਾ, ਫਿਰ ਕੁਝ ਮਾੜੇ ਅਨਸਰ ਉੱਠ ਪੈਂਦੇ ਨੇ, ਉਹ ਰੋਪ ਲਾਉਣ ਲੱਗ ਪੈਂਦੇ ਨੇ, ਉਹਦੇ ਕਰਕੇ ਚੁੱਪ ਵੀ ਨਹੀਂ ਰਿਹਾ ਜਾਂਦਾ। ਹੁਣ ਸਿਸਟਮ ਹੀ ਇਹ ਜਿਹਾ ਬਣ ਗਿਆ, ਇਹ ਜਿਹੇ ਸਿਸਟਮ 'ਚ ਆ ਗਏ ਹਾਂ, ਪਰ ਦੁੱਖ ਲੱਗਦਾ ਤੁਸੀਂ ਆਪਦੇ ਹੱਕਾਂ ਲਈ ਜਾਗਦੇ ਨਹੀਂ। ਆਹ ਕਿੱਡਾ ਕਾਰੋਬਾਰ ਹੈ, ਸਰਕਾਰ ਨੇ ਕਿੱਡੀ ਵੱਡੀ ਫੈਕਟਰੀ ਲਾਈ ਹੈ, ਇਹ ਹੁਣ ਚੱਲੀ ਹੈ, ਪਹਿਲੋਂ ਚੱਲ ਜਾਂਦੀ ਤਾਂ ਤੁਸੀਂ ਦੱਸੋ।
ਹੁਣ ਚੱਲੀ ਹੈਗੀ ਹੈ, ਪਰ ਜੇ ਵੱਡੇ ਪੱਧਰ 'ਤੇ ਚੱਲ ਪਵੇ ਤੁਹਾਡਾ ਕਿੰਨੂ ਦਾ ਭਾਅ ਮਾਣ ਮਰਜ਼ੀ ਦਾ ਤੁਹਾਨੂੰ ਮਿਲੇ, ਪਰ ਮਨੋਪਲੀ ਦਾ ਜ਼ੋਰ ਬਹੁਤ ਲੱਗਣਾ ਹੈ। ਹੋ ਸਕਦਾ ਚੱਲੇ ਪਰ ਹੌਲੀ ਹੌਲੀ। ਇਹ ਹੁਣ ਇਹ ਵੇਖਣਾ ਵੀ ਇਹ ਖੱਚਰ ਦੀ ਚਾਲ ਚੱਲਣਾ ਕਿ ਇਹਨੇ ਨੁਕਰੇ ਘੋੜੇ ਦੀ ਚਾਲ ਚੱਲਣਾ, ਅਤੇ ਇਹਨੂੰ ਚਲਾਉਣਾ ਕਿੰਨੇ ਆ, ਸਾਡੇ ਸਿਸਟਮ ਨੇ। ਸਾਡੇ ਸਿਸਟਮ ਕੌਣ ਹੈ? ਸਰਕਾਰ। ਸਰਕਾਰ ਨੂੰ ਜਗਾਉਣਾ ਕਿੰਨੇ ਆ? ਸਾਡੇ ਇਲਾਕੇ ਦੇ MLA ਨੇ, ਉਹ ਨਹੀਂ ਜਗਾਉਂਦੇ, ਉਹਨਾਂ ਨਹੀਂ ਜਗਾਉਣਾ, ਹੋਰ ਕੌਣ ਜਗਾ ਸਕਦਾ? ਆਪਾਂ ਜਗਾ ਸਕਦੇ ਹਾਂ, ਪਰ ਆਪਾਂ ਕੀ ਕਰੀਏ, ਆਪਣਾ ਇਕੱਠ ਨਹੀਂ ਹੁੰਦਾ। 40-50 ਜਾਣੇ ਅਸੀਂ ਇਕੱਠੇ ਹੋ ਕੇ ਬਹਿ ਜਾਂਦੇ ਹਾਂ, ਅਤੇ ਅਫਸਰਾਂ 'ਚ ਵੀ ਅਸੀਂ ਸਾਡੀ ਜਿਹੜੀ ਸਥਿਤੀ ਹਾਸੋ ਹੀ ਨਹੀਂ ਹੋ ਜਾਂਦੀ। ਇਹ ਤੁਹਾਨੂੰ ਜਾਗਣਾ ਪਏਗਾ, ਅਤੇ ਜੇ ਤੁਸੀਂ ਜਾਗ ਪਏ, ਇਹ ਸਿਸਟਮ ਚੱਲ ਪਿਆ, ਕਿੰਨੂ ਦਾ ਕੋਈ ਰੇਟ 25-30 ਮਨ ਮਰਜ਼ੀ ਦਾ ਰੇਟ ਮਿਲੇਗਾ। ਧੰਨਵਾਦ।